ਆਸਟ੍ਰੇਲੀਆ ਦੀ ਧਰਤੀ ਉੱਪਰ ਮਾਈ ਭਾਗੋ ਬਾਰੇ ਬੋਲੇ ਆਪਣੇ ਵਿਵਾਦਿਤ ਗੀਤ 'ਤੇ ਚੱਲਦਿਆਂ ਸਿੱਧੂ ਮੂਸੇਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਮਾਫ਼ੀ ਮੰਗੀ ਗਈ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਜ਼ਾ, ਜੋ ਵੀ ਡਿਊਟੀ ਲਗਾਈ ਜਾਏਗੀ, ਉਹ ਉਸ ਦੀ ਪਾਲਣਾ ਜ਼ਰੂਰ ਕਰਨਗੇ। ਜਥੇਦਾਰ ਸਾਹਿਬ ਨੂੰ ਜੀ, ਇੱਕ ਮੇਰਾ ਆਸਟ੍ਰੇਲੀਆ ਸ਼ੋਅ ਦੇ ਵਿੱਚ ਬਾਈ ਮਿਸਟੇਕ ਗਾਣਾ ਚੱਲਿਆ ਸੀਗਾ, ਅਤੇ ਉਹ ਜਦਕਿ ਮੈਂ ਓਰੀਜਨਲ ਗਾਣਾ ਨਹੀਂ ਸੀਗਾ, ਅਤੇ ਉਹਦੇ ਬਾਬਤ ਮੈਂ ਲਿਖਤੀ ਮਾਫ਼ੀ ਮੰਗੀ ਸੀਗੀ ਅਕਾਲ ਤਖਤ ਸਾਹਿਬ ਤੋਂ, ਬਸ ਉਹਦੇ ਰਿਲੇਟਡ ਆਇਆ ਸੀ। ਜਥੇਦਾਰ ਸਾਹਿਬ ਨੂੰ ਜੀ, ਇੱਕ ਮੇਰਾ ਆਸਟ੍ਰੇਲੀਆ ਸ਼ੋਅ ਦੇ ਵਿੱਚ ਬਾਈ ਮਿਸਟੇਕ ਗਾਣਾ ਚੱਲਿਆ ਸੀਗਾ, ਅਤੇ ਉਹ ਜਦਕਿ ਮੈਂ ਓਰੀਜਨਲ ਗਾਣਾ ਨਹੀਂ ਸੀਗਾ, ਅਤੇ ਉਹਦੇ ਬਾਬਤ ਮੈਂ ਲਿਖਤੀ ਮਾਫ਼ੀ ਮੰਗੀ ਸੀਗੀ ਅਕਾਲ ਤਖਤ ਸਾਹਿਬ ਤੋਂ, ਬਸ ਉਹਦੇ ਰਿਲੇਟਡ ਆਇਆ ਸੀ। ਅੱਜ ਤੁਹਾਨੂੰ ਸੱਦਿਆ ਗਿਆ ਸੀ ਕਿ ਤੁਸੀਂ ਆਪ ਆਏ ਸੀ? ਜੀ, ਮੈਂ ਆਪ ਥੋੜ੍ਹਾ ਤੁਹਾਨੂੰ ਸੇਵਾ ਲਾਈ ਉਹਨਾਂ ਨੇ, ਨਹੀਂ ਜੀ ਮੈਂ ਹਜੇ ਲਿਖਤੀ ਮਾਫ਼ੀ ਦਿੱਤੀ ਹੈ, ਜੋ ਵੀ ਸੇਵਾ ਲਾਉਣਗੇ ਮੈਂ ਹਜੇ। ਹਾਂਜੀ, ਠੀਕ ਹੈ ਜੀ, ਹੋਰ ਕੋਈ ਕੁਐਸਚਨ ਜੀ? ਠੀਕ ਹੈ, ਸ਼ੁਕਰੀਆ। ਅੰਮ੍ਰਿਤਸਰ ਤੋਂ ਦ ਸਟੇਟ ਨਿਊਜ਼ ਦੇ ਲਈ ਸੋਨੂ ਨਰੂਲਾ ਦੀ ਰਿਪੋਰਟ।